उत्तर भारत के 6 राज्यों के 19 किसान संगठनों ने किसानों की विभिन्न मांगों को लेकर 3 दिन से रेल रोको आंदोलन शुरू किया है। वहीं पंजाब के मोगा में भी किसान संगठन संयुक्त रूप से मिलकर रेलवे ट्रैक पर बैठकर धरना दे रहे हैं। फिरोजपुर से मोगा पहुंची एक ट्रेन फिरोजपुर लुधियाना एक्सप्रेस को रोका गया है। वहीं मोगा MSSP ने किसानों से बातचीत कर रेल लाइन को खाली करवाया है, लेकिन इसके बाद किसानों ने फिर से धरना शुरू कर दिया। आज सानू दोबारा इन्हां उसी ट्रैकों पर क्यों आना पिया जिथे 2020 दे विच असी इत्थे ट्रैकों पर बैठे सीगे। अज आउण दा वड्डा कारण यह बन गया कि पिछले दिन ही जो दरियावां दे विच हड़ आए सी, 50 दिन लगातार पानी दरियावां विच चलिया, उस तो उपरंत लखां एकड़ जिहड़ा झोना सीगा ਉਹ ਬਰਬਾਦ ਹੋ ਗਿਆ। ਲੋਕਾਂ ਦੇ ਮਕਾਨ ਢਹਿ ਚੁੱਕੇ ਨੇ, ਬੋਰ ਬੈਠ ਚੁੱਕੇ ਨੇ, ਜਾਨੀ ਨੁਕਸਾਨ ਹੋ ਚੁੱਕੇ ਨੇ। ਔਰ ਪੰਜਾਬ ਸਰਕਾਰ ਨੇ ਹੁਣ ਤੱਕ 150 ਰੁਪਈਆ ਪ੍ਰਤੀ ਏਕੜ ਦਾ ਮੁਆਵਜ਼ਾ ਸਿਰਫ 5 ਕਿੱਲਿਆਂ ਨੂੰ ਸੀਮਿਤ ਕਰਕੇ ਦਿੱਤਾ। ਅਸੀਂ ਇੱਕ ਮੰਗਣੀ ਪੰਜਾਬ ਦੇ ਹੋਰ ਕਿਸਾਨਾਂ ਦੇ ਭੱਖ ਦੇ ਮਸਲੇ, ਦਲਿਤ ਭਰਾਵਾਂ ਦੇ, ਉਹਨਾਂ ਨੂੰ ਨਾਲ ਜੋੜ ਕੇ ਬੜੇ ਲੰਮੇ ਸਮੇਂ ਤੋਂ ਸਰਕਾਰਾਂ ਨੂੰ ਕਹਿੰਦੇ ਆ ਰਹੇ ਹਾਂ ਕਿ 1800 ਰੁਪਈਏ ਨਾਲ ਕਿਸਾਨ ਦੇ ਜਿਹੜੇ ਜ਼ਖਮਾਂ ਦੇ ਉੱਪਰ ਹੈ ਉਹ ਮਲਮ ਨਹੀਂ ਲੱਗਦੀ ਹੈਗੀ, ਨਾ ਕੋਈ ਬੱਕਰੀ ਆਉਂਦੀ ਹੈ, ਨਾ ਕੋਈ ਮੁਰਗੀ ਆਉਂਦੀ ਹੈ। ਇਸ ਵਾਸਤੇ ਸਾਨੂੰ ਜੇ 25 ਏਕੜ ਕਿਸਾਨ ਦਾ ਖੇਤ ਖਰਾਬ ਹੋ ਗਿਆ, ਫਸਲਾਂ ਖਰਾਬ ਹੋ ਗਈਆਂ ਨੇ, ਤਾਂ 25 ਏਕੜ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ, ਪਰ ਦਿੱਤਾ ਜਾਵੇ 50,000 ਰੁਪਇਆ ਪ੍ਰਤੀ ਏਕੜ ਦਾ। 50,000 ਕਰੋੜ ਰੁਪਈਆ ਕੇਂਦਰ ਸਰਕਾਰ ਪੰਜਾਬ ਵਾਸਤੇ ਪੈਕੇਜ ਐਲਾਨ ਕਰੇ, ਤਾਂ ਕਰਕੇ ਕਿਸਾਨ ਦੇ ਜਿਹੜੇ ਖਾਤੇ ਉਹ ਪੂਰੇ ਹੋ ਸਕਦੇ ਨੇ। ਇਹ ਸਾਡੀਆਂ ਜੀ ਮੁੱਖ ਮੰਗਾਂ ਜਿਹੜੀਆਂ ਵਾ ਦਿੱਲੀ ਵਾਲੀਆਂ ਹੀ ਹੈ, ਜਿਹੜੀਆਂ ਉਦੋਂ ਦਿੱਲੀ ਅੰਦੋਲਨ ਦੌਰਾਨ 2020 ਦੇ ਵਿੱਚ ਜੋ ਮੋਦੀ ਨੇ ਮੰਨੀਆਂ ਹੋਈਆਂ ਸੀ ਮੰਗਾਂ, ਉਹ ਜਿਉਂ ਦੀਆਂ ਤਿਉਂ ਹੀ ਆ, ਜਿਹਦੇ ਵਿੱਚ MSP ਦਾ ਗਰੰਟੀ ਕਾਨੂੰਨ ਬਣਾਉਣਾ ਅਤੇ ਡਾਕਟਰ ਸਵਾਮੀਨਾਥ ਦੀ ਰਿਪੋਰਟ ਲਾਗੂ ਕਰਨੀ। ਦਿੱਲੀ ਦੇ ਵਿੱਚ ਜਿੰਨੇ ਵੀ ਸਰ, ਮੈਂ ਜਾ ਰਿਹਾ ਸੀ ਇਸ ਟਾਈਮ ਫਿਰੋਜ਼ਪੁਰ ਜਾ ਰਿਹਾ ਸੀ, ਫਿਰੋਜ਼ਪੁਰ ਤੋਂ ਦਿੱਲੀ ਨੋਇਡਾ ਮੇਰੀ ਮੀਟਿੰਗ ਹੈ, ਕੰਪਨੀ ਵਿੱਚ ਜੋਬ ਕਰ ਰਿਹਾ ਮੈਂ, ਅਤੇ ਇੱਥੇ ਆ ਕੇ ਜਦੋਂ ਪਤਾ ਲੱਗਿਆ ਵੀ ਕਿਸਾਨ ਧਰਨੇ 'ਤੇ ਬੈਠੇ ਆ, 3 ਦਿਨ ਕੋਈ ਟ੍ਰੇਨਾਂ ਨਹੀਂ ਚੱਲ ਰਹੀਆਂ, ਬਹੁਤ ਬੁਰਾ ਹਾਲ ਹੋ ਰੱਖਿਆ। ਮੈਂ ਫਿਰੋਜ਼ਪੁਰ ਜਾਣਾ ਸੀਗਾ ਕਿ ਮੈਰਿਜ ਅਟੈਂਡ ਕਰਨੀ ਹੈ ਸ਼ਾਮ ਦੀ, ਬਹੁਤ ਪਰੇਸ਼ਾਨ ਆ ਉਰੇ, ਕੋਈ ਸੁਣਵਾਈ ਨਹੀਂ ਹੈਗੀ ਉਰੇ, ਉਰੇ ਕਿਸਾਨ ਯੂਨੀਅਨ ਵਾਲੇ ਟ੍ਰੇਨਾਂ ਰੋਕੀ ਖੜੇ ਨੇ, ਬਹੁਤ ਪਰੇਸ਼ਾਨੀ ਹੋਈ ਵੀ ਹੈ, ਬਹੁਤ ਜ਼ਰੂਰੀ ਜਾਣਾ ਵਾ, ਕੋਈ ਸੁਣਵਾਈ ਨਹੀਂ ਹੈ। ਕੋਈ ਟ੍ਰੇਨ ਆਈ ਕਿ ਨਹੀਂ ਆ ਰਹੀ? ਕੋਈ ਟ੍ਰੇਨ ਨਹੀਂ ਆ ਰਹੀ ਸਰ, ਨਾ ਆ ਰਹੀ ਹੈ, ਨਾ ਕੋਈ ਜਾ ਰਹੀ ਹੈ, ਕੁਛ ਨਹੀਂ ਆ ਰਿਹਾ।